ਰੁੱਖਾਂ ਦੀ ਜਿਰਾਂਦ ਨਾਵਲ ਕਿਸ ਦੀ ਰਚਨਾ ਆ? ਅਤੇ ਜ਼ਰਾ ਇਹ ਵੀ ਦੱਸਿਓ ਕਿ ਪਹਿਲਾਂ ਮਰਨ ਕਬੂਲ ਪੁਸਤਕ ਦੇ ਵਿੱਚ ਕਿਹੜੇ ਨਾਵਲਕਾਰ ਦੇ ਨਾਵਲ ਸ਼ਾਮਿਲ ਕੀਤੇ ਗਏ? ਅਤੇ ਪਿਆਰੇ ਵਿਦਿਆਰਥੀਓ, ਇੱਕ ਚੀਜ਼ ਮੈਨੂੰ ਹੋਰ ਦੱਸਿਓ ਕਿ ਸੋਹਣ ਸਿੰਘ ਸੀਤਲ ਨੂੰ ਕਿਹੜੀ ਪੁਸਤਕ ਦੇ ਉੱਤੇ ਕਿਹੜੇ ਸੰਨ ਵਿੱਚ ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ? ਅਤੇ ਨਾਲ ਨਾਲ ਇਹ ਵੀ ਦੱਸਦੇ ਜਾਇਓ ਕਿ ਜਾਰਜ ਈਲੀਅਟ ਦੇ ਨਾਵਲ ਐਡਮ ਬੀਡ ਨੂੰ ਪੰਜਾਬੀ ਵਿੱਚ ਕਿਹੜੇ ਨਾਮ ਦੇ ਨਾਲ ਕਿਹੜੇ ਨਾਵਲਕਾਰ ਨੇ ਅਨੁਵਾਦਿਤ ਕੀਤਾ ਸੀ? ਬਾਕੀ ਆਖਰ ਦੇ ਉੱਤੇ ਜਦੋਂ ਤੁਸੀਂ ਸਾਰਾ ਲੈਕਚਰ ਸੁਣ ਲਿਆ ਤਾਂ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਕੁਝ ਪ੍ਰਸ਼ਨ ਪਾਏ ਨੇ, ਉਹਨਾਂ ਦੇ ਜਵਾਬ ਵੀ ਤੁਸੀਂ ਦੇਣੇ ਨੇ। ਲੈਕਚਰ ਨੂੰ ਧਿਆਨ ਨਾਲ ਸੁਣਿਓ। ਸਤਿ ਸ੍ਰੀ ਅਕਾਲ, ਐਲਡੀਡੀ ਟੀਵੀ 'ਤੇ ਤੁਹਾਡਾ ਇੱਕ ਵਾਰ ਫਿਰ ਸਵਾਗਤ ਹੈ। ਮੈਂ ਪ੍ਰੋਫੈਸਰ ਜਸਵੀਰ ਸਿੰਘ। ਅਤੇ ਪਿਆਰੇ ਵਿਦਿਆਰਥੀਓ, ਆਪਾਂ ਨਾਵਲ 'ਤੇ ਗੱਲ ਕਰ ਰਹੇ ਹਾਂ ਅਤੇ ਅੱਜ ਆਪਾਂ ਨਾਵਲ ਅਤੇ ਨਾਵਲਕਾਰ ਭਾਗ ਪੰਜਵਾਂ ਸੰਬੰਧੀ ਵਿਚਾਰ ਕਰਨੀ ਆ। ਇਹ ਜੋ ਨਾਵਲ ਸੰਬੰਧੀ ਆਪਣਾ ਪੰਜਵਾਂ ਲੈਕਚਰ ਆ, ਇਹਦੇ ਵਿੱਚ ਵੱਖ ਵੱਖ ਨਾਵਲਕਾਰਾਂ ਦੇ ਨਾਵਲਾਂ ਦੀ ਅਤੇ ਨਾਵਲਾਂ ਦੇ ਕੁਝ ਵਿਸ਼ਿਆਂ ਦੀ ਗੱਲ ਕਰਾਂਗੇ। ਸਭ ਤੋਂ ਪਹਿਲਾਂ ਸਾਡੇ ਕੋਲ ਅੱਜ ਦਾ ਨਾਵਲਕਾਰ ਹੈ ਜੀ ਗੁਰਬਖਸ਼ ਸਿੰਘ ਪ੍ਰੀਤਲੜੀ, ਜੋ ਕਿ 1895 ਤੋਂ ਲੈ ਕੇ 1977 ਈਸਵੀ ਦੇ ਦਰਮਿਆਨ ਹੋਏ ਆ, ਭਾਵ ਇਹ ਉਹਨਾਂ ਦਾ ਸਮਾਂ ਸੀਗਾ। ਗੁਰਬਖਸ਼ ਸਿੰਘ ਪ੍ਰੀਤਲੜੀ ਨੇ ਦੋ ਨਾਵਲ ਰਚੇ, ਜਿਨ੍ਹਾਂ ਦੇ ਵਿੱਚ ਅਣਵਿਆਹੀ ਮਾਂ ਅਤੇ ਦੂਜਾ ਨਾਵਲ ਹੈ ਰੁੱਖਾਂ ਦੀ ਜਿਰਾਂਦ। ਠੀਕ ਹੈ ਜੀ। ਇਹਨਾਂ ਨਾਵਲਾਂ ਰਾਹੀਂ ਗੁਰਬਖਸ਼ ਸਿੰਘ ਪ੍ਰੀਤਲੜੀ ਨੇ ਪੱਛਮੀ ਸੱਭਿਅਤਾ ਦਾ ਪ੍ਰਭਾਵ ਪੰਜਾਬੀ ਸੱਭਿਅਤਾ 'ਤੇ ਦਰਸਾਉਣ ਦੀ ਚੇਸ਼ਟਾ ਕੀਤੀ ਆ। ਅਣਵਿਆਹੀ ਮਾਂ ਵਿੱਚ ਪ੍ਰਭਾ ਅਤੇ ਚਿਤਰੰਜਨ ਦਾ ਪਿਆਰ ਸੰਬੰਧ ਦਰਸਾਇਆ ਗਿਆ ਆ। ਇਸੇ ਤਰ੍ਹਾਂ ਹੀ ਰੁੱਖਾਂ ਦੀ ਜਿਰਾਂਦ, ਜੱਜੇ ਨੂੰ ਵਿਹਾਰੀ, ਰਾਰੇ ਕੰਨਾਂ ਉੱਤੇ ਬਿੰਦੀ ਦੱਦਾ, ਰੁੱਖਾਂ ਦੀ ਜਿਰਾਂਦ ਵਿੱਚ ਧਾਰਮਿਕ ਅਡੰਬਰਾਂ ਦੀ ਆਲੋਚਨਾ ਕੀਤੀ ਗਈ ਆ। ਠੀਕ ਹੈ ਜੀ। ਇਹ ਇੰਨਾ ਕੁ ਹੀ ਆਪਾਂ ਗੁਰਬਖਸ਼ ਸਿੰਘ ਪ੍ਰੀਤਲੜੀ ਬਾਰੇ ਅੱਜ ਜਾਣਨਾ ਸੀਗਾ, ਕਿਉਂਕਿ ਉਹ ਮੁੱਖ ਤੌਰ 'ਤੇ ਵਾਰਤਕਕਾਰ ਨੇ ਅਤੇ ਨਾਵਲ ਉਹਨਾਂ ਨੇ ਰਚੇ ਸੀ, ਅਤੇ ਅੱਜ ਆਪਾਂ ਨਾਵਲਾਂ ਦੀ ਗੱਲ ਕਰ ਰਹੇ ਹਾਂ, ਇਸ ਕਰਕੇ ਜਿੰਨਾ ਕੁ ਉਹਨਾਂ ਦਾ ਜ਼ਰੂਰੀ ਸੀ ਆਪਾਂ ਗੱਲ ਕਰ ਲਈ ਹੈ। ਇਸ ਤਰ੍ਹਾਂ ਹੀ, ਕਿਉਂਕਿ ਸੰਖੇਪ ਵਿੱਚ ਸਾਨੂੰ ਪਤਾ ਜ਼ਰੂਰ ਹੋਣਾ ਚਾਹੀਦਾ ਹਰ ਇੱਕ ਨਾਵਲਕਾਰ ਬਾਰੇ, ਉਹਨੇ ਜਿੰਨਾ ਵੀ ਲਿਖਿਆ ਉਨੀ ਸਾਡੇ ਕੋਲ ਜਾਣਕਾਰੀ ਜ਼ਰੂਰੀ ਆ। ਦੂਜੇ ਨਾਵਲਕਾਰ ਨੇ ਅੱਜ ਦੇ ਸੰਤ ਇੰਦਰ ਸਿੰਘ ਚੱਕਰਵਰਤੀ, ਜਿਨ੍ਹਾਂ ਦਾ ਸਮਾਂ 1904 ਤੋਂ ਲੈ ਕੇ 1971 ਦੇ ਦਰਮਿਆਨ ਦਾ ਆ। ਪੰਜਾਬੀ ਵਿੱਚ ਇੰਦਰ ਸਿੰਘ ਚੱਕਰਵਰਤੀ ਜੀ ਨੇ ਤਿੰਨ ਨਾਵਲ ਰਚੇ ਸੀਗੇ। ਪਹਿਲਾ ਹੈ ਵੀਤ ਰਾਗ, ਦੂਜਾ ਹੈ ਅੜਬੰਗੀ, ਤੀਜਾ ਹੈ ਜੈ ਜੱਜੇ ਦਲਾਵਾਂ। ਠੀਕ ਹੈ ਜੀ। ਇਹ ਤਿੰਨ ਨਾਵਲ ਇਹਨਾਂ ਨੇ ਰਚੇ ਸੀਗੇ। ਇਹ ਤਿੰਨੇ ਨਾਵਲ ਪਹਿਲਾਂ ਮਰਨ ਕਬੂਲ ਪੁਸਤਕ ਦੇ ਵਿੱਚ ਸ਼ਾਮਿਲ ਹਨ। ਵੈਰੀ ਇੰਪੋਰਟੈਂਟ, ਇਹ ਤੁਸੀਂ ਅੰਡਰਲਾਈਨ ਕਰ ਲਓ। ਪਹਿਲਾਂ ਮਰਨ ਕਬੂਲ ਦੇ ਵਿੱਚ ਸੰਤ ਇੰਦਰ ਸਿੰਘ ਚੱਕਰਵਰਤੀ ਜੀ ਦੇ ਨਾਵਲ ਸ਼ਾਮਿਲ ਨੇ। ਠੀਕ ਹੈ ਜੀ। ਅਤੇ ਅੱਗੇ ਤੁਰਦੇ ਹਾਂ। ਸੰਤ ਇੰਦਰ ਸਿੰਘ ਚੱਕਰਵਰਤੀ ਨਾਮਧਾਰੀ ਪੰਥ ਦੇ ਅਨੁਯਾਈ ਸਨ। ਠੀਕ ਹੈ ਜੀ। ਚੇਲੇ ਸੀਗੇ ਅਤੇ ਉਸ ਦੀਆਂ ਸਾਹਿਤਕ ਰਚਨਾਵਾਂ ਵੀ ਇਸ ਪੰਥ ਤੋਂ ਪ੍ਰੇਰਿਤ ਹੋਈਆਂ, ਇਹ 'ਚ ਕੋਈ ਡਾਊਟ ਨਹੀਂ। ਆਪਾਂ ਜਿਹਨੂੰ ਮੰਨਦੇ ਹਾਂ ਉਸਦਾ ਜ਼ਿਕਰ ਕਰਦੇ ਹਾਂ, ਉਸਦੀ ਗੱਲ ਕਰਦੇ ਹਾਂ। ਇਹ ਨਾਵਲ ਨਾਮਧਾਰੀ ਪੰਥ ਦੇ ਉਸ ਆਸ਼ੇ, ਆਸ਼ਾ ਹੁੰਦਾ ਉਦੇਸ਼, ਤੋਂ ਲਿਖੇ ਗਏ ਜਿਸ ਰਾਹੀਂ ਲੋਕਾਂ ਦੇ ਮਨਾਂ ਵਿੱਚ ਭਾਰਤ ਨੂੰ ਅੰਗਰੇਜ਼ ਸਰਕਾਰ ਤੋਂ ਆਜ਼ਾਦ ਕਰਵਾਉਣ ਵਾਸਤੇ ਇੱਕ ਚਿਣਗ ਪੈਦਾ ਕੀਤੀ ਗਈ ਸੀ। ਠੀਕ ਹੈ ਜੀ। ਭਾਵ ਕਿ ਨਾਮਧਾਰੀਆਂ ਦੇ ਉਦਮ ਦਾ ਜ਼ਿਕਰ ਹੋਇਆ, ਜਿਸ ਉਦਮ ਦੇ ਰਾਹੀਂ ਉਹਨਾਂ ਨੇ ਅੰਗਰੇਜ਼ ਸਰਕਾਰ ਦੇ ਵਿਰੁੱਧ ਕਾਰਵਾਈਆਂ ਕੀਤੀਆਂ ਅਤੇ ਭਾਰਤ ਨੂੰ ਆਜ਼ਾਦ ਕਰਵਾਉਣ ਲਈ ਆਪਣੀਆਂ ਕਾਰਵਾਈਆਂ ਆਰੰਭੀਆਂ ਸੀ। ਨਾਵਲਕਾਰ ਸੰਤ ਇੰਦਰ ਸਿੰਘ ਚੱਕਰਵਰਤੀ ਇਹਨਾਂ ਨਾਵਲਾਂ ਦੀ ਰਚਨਾ ਰਾਹੀਂ ਆਪਣੇ ਪ੍ਰਯੋਜਨ ਹੁੰਦਾ ਹੈ ਉਦੇਸ਼, ਠੀਕ ਹੈ ਜੀ, ਵਿੱਚ ਸਫਲ ਹੋਇਆ ਹੈ। ਅੜਬੰਗੀ ਨਾਵਲ ਉੱਤਮ ਪੁਰਖ ਸ਼ੈਲੀ, ਹੁਣ ਤੁਸੀਂ ਕਹੋਗੇ ਕਿ ਉੱਤਮ ਪੁਰਖ ਸ਼ੈਲੀ ਕਿਹੜੀ ਹੁੰਦੀ ਆ, ਜਿਹਦੇ ਵਿੱਚ ਮੈਂ ਪਾਤਰ ਜਿਹੜਾ ਆ ਉਹ ਆਪਣੀ ਭੂਮਿਕਾ ਨਿਭਾ ਰਿਹਾ ਹੋਵੇ। ਜਿਵੇਂ ਨਾਵਲਕਾਰ ਕਹੇ ਕਿ ਮੈਂ ਉੱਥੇ ਗਿਆ, ਮੈਂ ਆਹ ਕੁਝ ਕੀਤਾ, ਜਦੋਂ ਮੈਂ ਆ ਜਾਂਦਾ ਆ ਉਹ ਉੱਤਮ ਪੁਰਖ ਹੋ ਜਾਂਦਾ ਆ। ਜੇ ਆਪਾਂ ਅੰਗਰੇਜ਼ੀ ਵਿੱਚ ਗੱਲ ਕਰੀਏ ਤਾਂ ਫਸਟ ਪਰਸਨ, ਹੁਣ ਤੁਹਾਨੂੰ ਜ਼ਿਆਦਾ ਕਲੀਅਰ ਹੋ ਗਿਆ ਹੋਣਾ ਆ। ਉੱਤਮ ਪੁਰਖੀ ਸ਼ੈਲੀ ਵਿੱਚ ਚਾਰ ਪਾਤਰਾਂ ਦੀ ਡਾਇਰੀ ਦੇ ਆਧਾਰ 'ਤੇ ਲਿਖਿਆ ਗਿਆ ਅੜਬੰਗੀ ਨਾਵਲ।
ਇਹ ਨਾਵਲ ਇੱਕ ਸਫਲ ਪ੍ਰਯੋਗ ਕਿਹਾ ਜਾ ਸਕਦਾ ਆ। ਠੀਕ ਹੈ ਜੀ, ਇਹ ਤੁਸੀਂ ਹੁਣ ਨੋਟ ਕਰ ਲਵੋ। ਸਾਡੇ ਕੋਲ ਅੱਜ ਦੇ ਤੀਜੇ ਨਾਵਲਕਾਰ ਨੇ ਸੰਤ ਸਿੰਘ ਸੇਖੋਂ, ਬਹੁਤ ਹੀ ਪ੍ਰਸਿੱਧ ਆਲੋਚਕ। ਇਹਨਾਂ ਦਾ ਸਮਾਂ 1908 ਈਸਵੀ ਤੋਂ ਲੈ ਕੇ 1997 ਈਸਵੀ ਤੱਕ ਦਾ। ਅਤੇ ਸੰਤ ਸਿੰਘ ਸੇਖੋਂ ਨੇ ਦੋ ਨਾਵਲ ਰਚੇ ਸੀਗੇ, ਲਹੂ ਮਿੱਟੀ ਅਤੇ ਦੂਜਾ ਬਾਬਾ ਅਸਮਾਨ। ਇਹਨਾਂ ਨਾਵਲਾਂ ਵਿੱਚ ਸੇਖੋਂ ਨੇ ਪੰਜਾਬ ਦੀ ਕਿਰਤੀ ਸ਼੍ਰੇਣੀ ਨਾਲ ਸੰਬੰਧਿਤ ਲੋਕਾਂ ਦਾ ਭੂਮੀ ਮਾਲਕਾਂ ਨਾਲ ਟਕਰਾਓ ਕਰਵਾ ਕੇ ਕਿਰਤੀ ਵਰਗ ਨੂੰ ਉਚਿਆਉਣ ਦੀ ਕੋਸ਼ਿਸ਼ ਕੀਤੀ ਆ। ਠੀਕ ਹੈ ਜੀ, ਇਹਨਾਂ ਨਾਵਲਾਂ ਦੇ ਵਿੱਚ ਸੰਤ ਸਿੰਘ ਸੇਖੋਂ ਨਾਲ ਪੰਜਾਬੀ ਨਾਵਲ ਆਲੋਚਨਾਤਮਕ ਯਥਾਰਥਵਾਦੀ ਪੜਾਅ 'ਤੇ ਪਹੁੰਚ ਜਾਂਦਾ ਹੈ। ਅਤੇ ਅਗਲਾ ਨੁਕਤਾ ਕਿ ਸਮਾਜਵਾਦੀ ਦ੍ਰਿਸ਼ਟੀ ਤੋਂ ਨਾਵਲ ਦੀ ਰਚਨਾ ਹੁੰਦੀ ਹੈ ਜਿਹੜੇ ਸੰਤ ਸਿੰਘ ਸੇਖੋਂ ਲਿਖਦਾ ਆ। ਅਤੇ ਪੰਜਾਬੀ ਵਿੱਚ ਇਸ ਤਰ੍ਹਾਂ ਦਾ ਪ੍ਰਥਮ ਨਾਵਲ ਸੰਤ ਸਿੰਘ ਸੇਖੋਂ ਦਾ ਲਹੂ ਮਿੱਟੀ ਹੀ ਹੈ। ਠੀਕ ਹੈ ਜੀ, ਸਮਾਜਵਾਦੀ ਦ੍ਰਿਸ਼ਟੀ ਤੋਂ ਇਹ ਮੰਨਿਆ ਜਾਂਦਾ ਆ। ਹਾਲਾਂਕਿ ਆਪਾਂ ਇੱਕ ਬਹੁਤ ਹੀ ਪ੍ਰਬੁੱਧ ਨਰੂਲਾ ਦਾ ਨਾਵਲ ਵੀ, ਉਹਦਾ ਵੀ ਜ਼ਿਕਰ ਕਰਾਂਗੇ ਅਗਲੇ ਲੈਕਚਰ ਦੇ ਵਿੱਚ। ਅਤੇ ਇਹ ਨਾਵਲ ਤਕਨੀਕ ਪੱਖੋਂ ਵਧੀਆ ਰਚਨਾਵਾਂ ਆ ਜੋ ਸੰਤ ਸਿੰਘ ਸੇਖੋਂ ਨੇ ਰਚੀਆਂ ਸੀ। ਸਾਡੇ ਕੋਲ ਚੌਥੇ ਨਾਵਲਕਾਰ ਨੇ ਸੱਸਾ ਸੱਸਾ ਅਮੋਲ, ਪੂਰਾ ਨਾਮ ਸੁਰਮੁਖ ਸਿੰਘ ਅਮੋਲ ਜੀ। ਇਹਨਾਂ ਦਾ ਸਮਾਂ 1908 ਈਸਵੀ ਤੋਂ 1992 ਈਸਵੀ ਦੇ ਦਰਮਿਆਨ ਦਾ ਆ। ਅਤੇ ਸੱਸਾ ਸੱਸਾ ਅਮੋਲ ਜੀ ਦੇ ਨਾਵਲਾਂ ਦੇ ਨਾਮ ਨੋਟ ਕਰੋ ਜੀ। ਗੁਲਾਬਾ ਅਨੁਵਾਦਿਤ ਨਾਵਲ ਆ, 1938 ਦੇ ਵਿੱਚ ਇਹ ਪ੍ਰਕਾਸ਼ਿਤ ਹੋਇਆ। ਫਿਰ ਸੇਵਾਦਾਰ 1942 ਈਸਵੀ ਵਿੱਚ ਪ੍ਰਕਾਸ਼ਿਤ ਹੋਇਆ। ਮਨੁੱਖ ਅਤੇ ਸਾਗਰ 1957 ਈਸਵੀ ਦੇ ਵਿੱਚ ਅਨੁਵਾਦਿਤ ਨਾਵਲ ਆ। ਠੀਕ ਹੈ ਜੀ, ਜੀਵਨ ਗੁੰਝਲਾਂ 1960 ਵਿੱਚ ਪ੍ਰਕਾਸ਼ਿਤ ਹੋਇਆ। ਇਹ ਸੱਸਾ ਸੱਸਾ ਅਮੋਲ ਦਾ ਮੌਲਿਕ ਨਾਵਲ ਆ, ਇਹ ਤੁਸੀਂ ਨੋਟ ਕਰ ਲਵੋ। ਜੇਕਰ ਆਪਾਂ ਗੁਲਾਬਾ ਦੀ ਗੱਲ ਕਰੀਏ ਤਾਂ ਗੁਲਾਬਾ ਨਾਵਲ ਜਾਰਜ ਈਲੀਅਟ ਦੇ ਨਾਵਲ ਐਡਮ ਬੀਡ 'ਤੇ ਆਧਾਰਿਤ ਪੰਜਾਬੀ ਦਾ ਅਨੁਵਾਦਿਤ ਨਾਵਲ ਹੈ। ਵੈਰੀ ਇੰਪੋਰਟੈਂਟ। ਅੱਗੇ ਦਵਿੰਦਰ ਸਤਿਆਰਥੀ ਸਾਡੇ ਕੋਲ ਅੱਜ ਦੇ ਪੰਜਵੇਂ ਨਾਵਲਕਾਰ ਨੇ। ਦਵਿੰਦਰ ਸਤਿਆਰਥੀ ਜੀ ਦਾ ਸਮਾਂ 1908 ਈਸਵੀ ਤੋਂ ਲੈ ਕੇ 2003 ਈਸਵੀ ਤੱਕ ਦਾ ਹੈ। ਇਹਨਾਂ ਦੇ ਨਾਵਲ ਨੋਟ ਕਰੋ ਜੀ। ਘੋੜਾ ਬਾਦਸ਼ਾਹ 1965 ਈਸਵੀ ਵਿੱਚ ਸਾਹਮਣੇ ਆਉਂਦਾ ਆ, ਅਤੇ ਸੂਈ ਬਾਜ਼ਾਰ 1982 ਈਸਵੀ ਦੇ ਵਿੱਚ ਪ੍ਰਕਾਸ਼ਿਤ ਹੋਇਆ ਮੰਨਿਆ ਜਾਂਦਾ ਆ। ਤੀਜਾ ਇੱਕ ਹੋਰ ਇਹਨਾਂ ਦੇ ਨਾਂ ਨਾਲ ਜੁੜਦਾ ਨਾਵਲ ਹੈ ਜੀ, ਰਾਵਣ ਦਾ ਦਸਵਾਂ ਸਿਰ। ਦਵਿੰਦਰ ਸਥਿਆਰਥੀ ਜੀ ਹੋਰਾਂ ਦੇ ਇਹਨਾਂ ਨਾਵਲਾਂ ਦਾ ਜ਼ਿਕਰ ਹੁਣ ਤੱਕ ਹੋਇਆ ਆ। ਅਤੇ ਸਾਡੇ ਕੋਲ ਅੱਜ ਦੇ ਛੇਵੇਂ ਨਾਵਲਕਾਰ ਨੇ ਜਸਵੰਤ ਸਿੰਘ ਰਾਹੀ। ਜਸਵੰਤ ਸਿੰਘ ਰਾਹੀ ਬਾਰੇ ਬਹੁਤੇ ਵਿਦਵਾਨਾਂ ਨੇ ਜ਼ਿਕਰ ਨਹੀਂ ਕੀਤਾ। ਇਹਨਾਂ ਦਾ ਸਮਾਂ 1913 ਈਸਵੀ ਤੋਂ ਲੈ ਕੇ 1996 ਈਸਵੀ ਦੇ ਦਰਮਿਆਨ ਦਾ ਆ। ਜਸਵੰਤ ਸਿੰਘ ਰਾਹੀ ਦੇ ਨਾਵਲਾਂ ਦਾ ਤੁਸੀਂ ਨਾਮ ਨੋਟ ਕਰ ਲਵੋ, ਲਹੂ ਭਿੱਜੀ ਚਾਨਣੀ 1981, ਅਧੂਰਾ ਸਫ਼ਰ 1991, ਮੀਲ ਪੱਥਰ। ਇਹ ਤਿੰਨ ਨਾਵਲ ਜਿਹੜੇ ਨੇ ਮੰਨੇ ਗਏ ਨੇ, ਹੋਰ ਵੀ ਹੋ ਸਕਦੇ ਨੇ, ਹਾਲੇ ਆਪਣੀ ਖੋਜ ਜਾਰੀ ਆ। ਪ੍ਰਮੁੱਖ ਨਾਵਲ ਜਿਹੜਾ ਆ ਲਹੂ ਭਿੱਜੀ ਚਾਨਣੀ ਜਸਵੰਤ ਸਿੰਘ ਰਾਹੀ ਹੋਰਾਂ ਦਾ, ਇਹ ਮੇਨ ਆਪਾਂ ਨੋਟ ਕਰਨਾ ਆ, ਇਹਨੂੰ ਅੰਡਰਲਾਈਨ ਕਰ ਲਿਓ। ਜਸਵੰਤ ਸਿੰਘ ਰਾਹੀ ਦੇ ਨਾਵਲ ਸਮਾਜ ਵਿਚਲੀ ਸਮਕਲੀਨ ਭਾਵ ਉਹਨਾਂ ਦੇ ਸਮੇਂ ਦੀ ਸਮਕਲੀਨ ਸਥਿਤੀ 'ਤੇ ਆਧਾਰਿਤ ਹਨ। ਹੁਣ ਜਸਵੰਤ ਸਿੰਘ ਰਾਹੀ ਦੇ ਨਾਵਲਾਂ ਦੇ ਵਿੱਚ ਉਹਨਾਂ ਦੇ ਸਮੇਂ ਦੀਆਂ ਸਥਿਤੀਆਂ, ਸਮਕਲੀਨ ਪ੍ਰਸਥਿਤੀਆਂ ਨੂੰ ਕੇਂਦਰ ਵਿੱਚ ਰੱਖ ਕੇ ਨਾਵਲ ਰਚਨਾ ਹੋਈ ਸੀਗੀ। ਜਸਵੰਤ ਸਿੰਘ ਰਾਹੀ ਜ਼ਿੰਦਗੀ ਦੇ ਯਥਾਰਥ ਨੂੰ, ਯਥਾਰਥ ਹੁੰਦਾ ਅਸਲੀਅਤ ਨੂੰ, ਨਿਧੜਕ ਹੋ ਕੇ ਪੇਸ਼ ਕਰਨ ਵਾਲਾ ਨਾਵਲਕਾਰ ਰਿਹਾ ਆ। ਅਤੇ ਲਹੂ ਭਿੱਜੀ ਚਾਨਣੀ ਵਿੱਚ ਜਸਵੰਤ ਸਿੰਘ ਰਾਹੀ ਨੇ ਪਤੀ ਦੀ ਚੋਣ ਵਿੱਚ ਪੰਜਾਬੀ ਮੁਟਿਆਰ ਦਾ ਸੁਤੰਤਰ ਦ੍ਰਿਸ਼ਟੀਕੋਣ ਪੇਸ਼ ਕੀਤਾ ਆ, ਕਿਉਂਕਿ ਇਹੀ ਨਾਵਲ ਜਿਹੜਾ ਆ ਪ੍ਰਮੁੱਖ ਆਪਾਂ ਨੋਟ ਕਰਨਾ ਹੈ। ਸਾਡੇ ਕੋਲ ਅੱਜ ਦੇ ਸੱਤਵੇਂ ਨਾਵਲਕਾਰ ਨੇ ਹਰੀ ਸਿੰਘ ਦਿਲਬਰ ਜੀ। ਹਰੀ ਸਿੰਘ ਦਿਲਬਰ ਜੀ ਦਾ ਸਮਾਂ ਨੋਟ ਕਰੋ ਜੀ, 1914 ਈਸਵੀ ਤੋਂ ਲੈ ਕੇ 1998 ਈਸਵੀ ਦੇ ਦਰਮਿਆਨ ਦਾ।
नावल नोट करो, नदियां दे वैन 1959, बाहां जिन्हां दी पकड़िए 1960, जोरी मंगे दान 1962, हलवारा नावल दा नाम आ 1967, जिस प्यारे स्योने हो 1968, तैं की दर्द ना आया 1969, सानू भुल ना जाना 1971 दे विच प्रकाशित होया। ये नावल है जी हरी सिंह दिलबर जी का। तो हाल मुरीदा का कहना 1972, कूड़ फिरै प्रधान 1973, महमा 1977, करमी आपो अपनी 1983, जंग बद्दोवाल दी 1984, गबरू पंजाब दे 1988, आदि आदि नावल जिहड़े ने ये हरी सिंह दिलबर होरां दे लिखे हुए ने। हरी सिंह दिलबर ने अपने नावलों विच पेंडू वातावरण नूं चितरिया जो उस नूं जन सधारण विच लोकप्रिय नावलकार बनाउण विच सफल होया। ठीक है जी, हुण साडे कोल अज दे 8वें नावलकार ने सोहण सिंह सीतल जी। सोहण सिंह सीतल जी बड़े प्रमुख नावलकार ने। इन्हां दा समां 1909 ईस्वी तो लैके 1998 ईस्वी के दरम्यान का है। सोहण सिंह सीतल होना दे नावलों की तरतीब थोड़ी जी अगड़ पिछड़े आ सन जिहड़े ने जिवें जिवें मैनूं मिलदे गए उस तरह ही मैं लिखता गया। तुसीं अपने कापी के उपर वो तरतीब बाद विच ठीक करके लिख सकते हो। नावल मुल दा मास 1947 ईस्वी दे विच प्रकाशित होया, विजोगण 1950 विच, पतवंते कातिल 1955, अन्नी सुंदरता 1952। हुण तुसीं इहनूं अगे कर सकते हो। ठीक है जी, क्योंकि सन दे अकॉर्डिंग आपां इहनूं रखणा आ। दीवे दी लो 1952, जंग जां अमन इहनूं तुसीं स्टार पा लवो 1956, प्रीत के पैसा 1961, प्रीत के रूप 1960, बदला 1959, तूतां वाला खूह वेरी 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 इंपॉर्टेंट 1962, जुग बदल गया वेरी इंपॉर्टेंट 1971, काले परछावें 1961, इचोगिल नहर तक 1962, इहनूं भी तुसीं अंडरलाइन कर लो बहुत इंपॉर्टेंट आ। सुंझा आलणा धरती दे देवते, धरती दी बेटी महाराणी जिंदा, महाराजा दलीप सिंह, हिमालिया दे राखे, सुरग सवेरा, सभे सांझी वाल सदायन, ज्वालामुखी। ये जिहड़े नावल ने ये सोहण सिंह सीतल होना दे लिखे हुए ने, बहुत ही अहम ने। इन्हां दे विच जंग जां अमन बहुत इंपॉर्टेंट आ, तूतां वाला खूह बहुत इंपॉर्टेंट आ, युग बदल गया बहुत इंपॉर्टेंट आ, इचोगिल नहर तक ये बहुत इंपॉर्टेंट नावलों के आते हैं, जिन्हां दे नाम सानू बिल्कुल भी भुलने नहीं चाहिए। ये तुसी जरूर अपने ख्याल में रखियो। सिंह बुके, महाराणी जिंदा, महाराजा दलीप सिंह, ये इतिहासक नावलेट ने सोहण सिंह सीतल जी होरां दे। ठीक है जी, सोहण सिंह सीतल जी के नावलों में फर्ज, करम, आदर्शक प्यार ते वधेरे बल दिता गया। ठीक है जी, अगला नुक्ता के मुल दा मास विच अणजोड़ विआह की समस्या की पेशकारी हुई आ। इसत्री नूं खरीदना मुल दा मास लैण दे समान इस नावल दे विच दस्या गया आ। ते विजोगण विच बचनपाल ते रूप अते हरबंस ते शांति की प्यार कथा दिखाई गई आ। लेखक दा विचार है कि कुड़ी ते मुंडे दा विआह उन्हां दी मर्जी मुताबक होना चाहिए आ। ठीक है जी, ये एक सुखांतक नावल आ, ये भी तुसी नोट कर लवो। अन्नी सुंदरता नावल दे विच शहरी जीवन की झाकी पेश हुई आ, इस विच इस्त्री दी प्यार भुख दर्शाई गई आ। ठीक है जी, अन्नी सुंदरता दे विच ये प्यार भुख जिहड़ी पहला माँ प्यो प्रति आ, फिर भरा प्रति आ, फिर पति प्रति आ, ते अंत नूं अपने बच्चियां प्रति ये प्यार भुख औरत दी दिखाई गई आ। ये नावल भैण प्यार दी कुरबानी दा वधिया नमूना समझा जाना चाहीदा आ। क्यों? क्योंकि कोमल जो मुंडा हीरो आ, जो कुमारी हीरोइन कुड़ी आ नू प्यार करदा है, वह कुमारी दे कहण ते उस दी अन्नी भैण नू भी स्वीकार कर लैंदा है।
जिस दे दिल विच कोमल लई आदर्शक प्यार है। कुमारी हीरोइन आप हरिद्वार चली जाती है। ठीक है जी, इस केंद्र बिंदु के दुआले अन्नी सुंदरता की कहानी जिहड़ी आ उह घुमदी आ। अगला नावल है जी दीवे दी लो। इस विच नावलकार दसदा है कि इस्त्री नहीं बल्कि मर्द बेवफा हुंदा है। ठीक, ते अगला नावल पतवंते कातिल विच औरत नूं उस नाल हुंदे अन्याय विरुद्ध संघर्ष करन वास्ते प्रेरित कीता ते उसनों संघर्ष करदे होए दिखाया गया आ। इस करके पतवंते कातिल नावल अहम आ। ते बदला नावल विच लेखक ने जगीरदारां दा मुजारियां दीआं धीआं प्रति रवैया दिखाया आ। नामो नाल होई वधीकी दा बदला नावल दा नायक हैदर लैंदा इस नावल दे विच। ठीक है जी, ते अगला नावल है जी जंग जां अमन। ये नावल संसार विच जो जंग जिहनूं आपां युद्ध कहिंदे आ उस नाल संबंधित आ। नावलकार दसदा आ कि सानूं अमन दे नाल रहना चाहीदा। जंग दे विरुद्ध इस नावल दे विच गल होई आ। अमन दे हक विच नावलकार भुगतदा आ जो कि एक चंगी गल। प्यारे विद्यार्थियो, हुण एक अहम नुकता नोट कर लवो कि सोहण सिंह सीतल जी होरां नूं युग बदल गया नावल दे उत्ते 1974 ईस्वी दे विच साहित्य अकादमी पुरस्कार नाल सन्मानित किया गया सी। वेरी इंपॉर्टेंट। ठीक है जी, नावल युग बदल गया, नावलकार सोहण सिंह सीतल पुरस्कार भारतीय साहित्य अकादमी। ते अगली गल, सन 1974 ये नोट कर लो, वेरी इंपॉर्टेंट। अगे तुरद जी इन बारे गल करते हैं। सोहण सिंह सीतल के नावलों का विशा खारे माझे का पेंडू जीवन है। तो अगला नुकता, पिंडा की किसानी और छोटे वर्ग दियाँ श्रेणियों के पात्रा संपूर्ण संभावनावां सहित साकार किया गया नावलों के। अगली गल कि इन नावलों में मनुखी रिश्तिया की सार्थकता सोहण सिंह सीतल जी ने बड़े ही भावपूर्वक ढंग नाल बयान किया है। तूता वाला खूह ते जंग जां अमन सोहण सिंह सीतल जी दे श्रोमणी नावल मन्ने जांदे आ, अखवाउंदे आ। ठीक है जी, तूता वाला खूह अणवंडे पंजाब दे सभ्याचारक पिछोकड़ तों शुरू हुंदा है जिस विच हिंदुआं सिखां अते मुसलमानां दी परस्पर सांझ अते भरपण नूं दिखाया गया आ। जो कि वंड तों पहलां इक सांझ सी उस सांझ नूं इस नावल विच दिखाया गया आ। ये नावल तुसीं सारिआं ने पढ़िया आ, तो इस करके तुसीं कमेंट बॉक्स विच मैनूं दसणा आ कि इस नावल दे विच तुसीं की नोट कीता सी। साडे कोल आखिरी नुकता है जी अज दे लैक्चर दा, ईचोगिल नहर तक विच हिंद अते पाकिस्तान दे दरमियान होई लड़ाई दा वर्णन होया सी। ईचोगिल नहर तक नावल विच सोहण सिंह सीतल होरां दी जो लिखण कला सी वह बहुत ही शानदार सी। वह पहला ढाडी होने करके कविश्री दियां रचनावां लिखते सी। 1947 देश वंड तो उपरंत उन्होंने नावलकारी वल आउण दा अपना उद्देश बनाया सी, ते फिर उन्होंने बहुत शानदार नावल रचना की सी। ठीक है जी, ते प्यारे विद्यार्थियों, मैनूं उम्मीद आ कि तुसीं अज दे लैक्चर विच इन्हां जो नावलकारां बारे जाणिया वो बहुत नवा भी होगा, बहुत कुछ तुसीं सुन के नोट करन उपरंत ये भी महसूस किया होगा कि तुहानूं याद हो गया आ। क्योंकि किताबां तों पढ़न लग्गिआं कई बार असीं उन्ना ध्यान नहीं दिंदे जिन्ना लैक्चर सुनदे आ। ते जेकर तुहानूं कोई डाउट आ तां कमेंट बॉक्स विच अपना कमेंट भेजो। हुण समा बर्बाद करन दा अपने कोल वी समां नहीं हैगा, इस करके लगातार बाकी गल्लां करन दी बजाए सिद्धियां लैक्चर दी आपां तरतीब विच तुर पैंदे आ। ते अजीज़ प्यारे विद्यार्थीओ, इस लैक्चर नूं अपने दोस्तां मित्रां तक सांझा करो। जो विद्यार्थी होर तैयारी करना चाहुंदे ने उन्हां नूं भी नाल जोड़ो। मैनूं दिओ इजाज़त। सत श्री अकाल।